ਠੀਕ ਐ ਅੰਮੀ ਜੀ ਫਿਰ ਮੈਂ ਕਾਲਜ ਚਲੀਆਂ ਠੀਕ ਐ ਪੁੱਤਰ ਧਿਆਨ ਨਾ ਜਾਈਂ ਹਾਂ ਜੀ ਦੱਸੋ ਤੁਸੀਂ ਮੈਨੂੰ ਕਿਉਂ ਰੋਕਿਆ ਜੀ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਮੈਂ ਤੁਹਾਡੇ ਨਾਲ ਪਿਆਰ ਕਰਨਾ ਤੁਸੀਂ ਉਹਦੇ ਬਾਰੇ ਕੀ ਸੋਚਿਆ ਹੈ ਮੇਰੀ ਤਰਫੋਂ ਤਾਂ ਕੋਈ ਮਸਲਾ ਨਹੀਂ ਪਰ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਸਾਡੀ ਫੈਮਿਲੀ ਬੜੀ ਸਖਤ ਹੈ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਤੁਹਾਡੀ ਫੈਮਿਲੀ ਨੂੰ ਵੀ ਵਿਹਲਾਉਂਦਾ ਤੁਸੀਂ ਦੱਸੋ ਤੁਹਾਨੂੰ ਮੇਰ ਨਾਲ ਪਿਆਰ ਹੈ ਵੇ ਨਾ ਜੀ ਹਾਂ ਜੀ ਮੈਨੂੰ ਤੁਹਾਡੇ ਨਾਲ ਪਿਆਰ ਹੈ ਵੇ ਚਲੋ ਐਵੇਂ ਤੇ ਅੱਜ ਤੁਹਾਨੂੰ ਕਾਲਜ ਮੈਂ ਛੱਡ ਆਉਂਨਾ ਫਿਰ ਹਾਏ ਜਾਨੂ ਅੱਗ ਬਾਲ ਕੇ ਮੈਂ ਸੇਕਾਂ ਜੇ ਤੂੰ ਮੈਨੂੰ ਛੱਡਿਆ ਤੇ ਫਿਰ ਮੈਂ ਤੇਰੀਆਂ ਬਾਹਾਂ ਵਿੱਚ ਵੱਡੀਆਂ ਵੀ ਸੇਕਾਂ ਓਏ ਆ ਤੇ ਮੇਰੀ ਕੁੜੀ ਨਹੀਂ ਮੋਟਰਸਾਈਕਲ ਤੇ ਬੈਠੀ ਐ ਨਾ ਜਕਾਰ ਐ ਲੈਣ ਦੇਣ ਮੈਂ ਦੱਸਨੀ ਆ ਜਾਨੂ ਉਹ ਵੇਖੋ ਮੇਰੀ ਅੰਮੀ ਉਹਨਾਂ ਸਾਨੂੰ ਇਕੱਠਿਆਂ ਵੇਖ ਰਿਹਾ ਮੈਂ ਤੇ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਸਾਡੀ ਫੈਮਿਲੀ ਬੜੀ ਸਸਤ ਤੇ ਮੈਂ ਤੇ ਨਾਸ ਚੱਲੀ ਜੇ ਨਾਸ ਨਹੀਂ ਪੀਣਾ ਉਹ ਨਾਸ ਹੋ ਤੂੰ ਵੀ ਨਿਕਲ ਇੱਥੋਂ ਦੋ ਦਿਨ ਬਾਅਦ ਪਤਾ ਨਹੀਂ ਹੁਣ ਕੀ ਬਣਿਆ ਹੋਵੇ ਦਾ ਉਸ ਆਖਿਆ ਵੀ ਸੀ ਕਿ ਸਾਡੀ ਫੈਮਿਲੀ ਬੜੀ ਸਸਤ ਤੇ ਚਲੋ ਉਹਨੂੰ ਫੋਨ ਕਰਕੇ ਪੁੱਛੀਏ ਤੇ ਸਹੀ ਕੀ ਹਾਲ ਚਾਲ ਹੈ ਕਿਧਰੇ ਭਰਾ ਉਹਦਾ ਨਾ ਫੋਨ ਚੋਕ ਲੈ ਉਹ ਚਲੋ ਛੱਡੋ ਜੀ ਕੁਝ ਹੋਇਆ ਵੇਖਿਆ ਜਾਏ ਦਾ ਫੇਰੇ ਇਧੇ ਝਕੜ ਟੈਨਸ਼ਨ ਨੇ 0347 ਨਾ ਪੱਠੇ ਨਾ ਪਰਾਲੀ ਹਲੋ ਹਾਂ ਜੀ ਹੈਲੋ ਜਾਨੂ ਕੋਈ ਹੋਇਆ ਤੇ ਨਹੀਂ ਜਾਨੂ ਮੇਰੀ ਯੰਮੀ ਮੈਂ ਤੁਹਾਡੇ ਨਾਲ ਵੇਖ ਲਿਆ ਸੀ ਨਾ ਸਕੂਟਰ ਉੱਤੇ ਜਾਂਦੇ ਆ ਮੈਂ ਤੁਹਾਨੂੰ ਦੱਸਿਆ ਵੀ ਸੀ ਕਿ ਸਾਡੀ ਫੈਮਲੀ ਬੜੀ ਸਖਤ ਹੈ ਉਹ ਦੱਸਿਆ ਤੇ ਆ ਸੀ ਤੁਸੀਂ ਫਿਰ ਕੀ ਹੋਇਆ ਹੁਣਾਂ ਕੀ ਹੈ ਮੇਰੀ ਯੰਮੀ ਫਿਰ ਤੁਹਾਡੇ ਨਾਲ ਮੈਂ ਵੇਖ ਲਿਆ ਸੀ ਕਿ ਤੁਸੀਂ ਮੇਰੇ ਮੋਟਰਸਾਈਕਲ ਦੇ ਕਾਲੇ ਛੱਡਣ ਜਾ ਰਹੇ ਹੋ ਤੇ ਮੇਰੀ ਯੰਮੀ ਮੇਰੇ ਕੋਲ ਫਰਖੇ ਤੇ ਕਰਾਇਆ ਤੇ ਪੈਸੇ ਵਾਪਸ ਲੈ ਲੈਣੇ